ਮੈਂ ਕੋਈ ਸਬੂਤ ਦਿਖਾਓ ਕੋਈ ਐਵੇਂ ਮੇਰੇ ਕੋਲੋਂ ਕੱਲ ਨੂੰ ਹੁਣ ਇਲੈਕਸ਼ਨ ਕੇਸ ਨਾ ਕਰਵਾ ਬੈਠੇ ਹੋ ਨਹੀਂ ਮੈਂ ਤੁਸੀਂ ਪ੍ਰਚਾਰ ਕਰ ਲਓ ਪਰ ਬੜੀ ਬੜੀ ਸਪਸ਼ਟ ਗੱਲ ਆ ਮੈਨੂੰ ਇੱਕ ਕਿਤੇ ਮੇਰੇ ਦਸਤਖਤ ਦਿਖਾ ਦਿਓ ਕਿਤੇ ਕੋਈ ਲੈਟਰ ਦਿਖਾ ਦਿਓ ਐਵੇਂ ਤੁਹਾਡੇ ਤੁਹਾਡੇ ਖਾਸ ਤੌਰ 'ਤੇ ਪਰਸਨਲੀ ਪੀ ਟੀ ਸੀ ਦੇ ਸਾਥੀ ਨੇ ਉਹ ਹੈ ਹੀ ਨਹੀਂ ਜੀ ਵਾਰ ਵਾਰ ਇਹ ਸਵਾਲ ਕਰਦੇ ਨੇ ਜਿਹੜੀ ਰਿਐਲਿਟੀ ਹੋਈ ਨਹੀਂ ਨੇੜੇ ਤੇੜੇ ਨਹੀਂ ਮੈਂ ਕੋਰਟ 'ਚ ਲੈ ਕੇ ਜਾਵਾਂਗਾ ਜ਼ਰੂਰ ਇਲੈਕਸ਼ਨ ਦੇ ਬਾਅਦ ਵੀ ਜਾਵਾਂਗਾ ਹਾਂਜੀ ਬਿਲਕੁਲ ਬਿਲਕੁਲ ਹਾਂ 170 ਤੁਸੀਂ 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 ਲਾਉਣਾ ਕਿਉਂਕਿ ਤੁਹਾਡੇ ਚੈਨਲ ਨੇ ਲਾਉਣਾ ਉਹ ਮੈਂ ਕੋਈ ਸਬੂਤ ਦਿਖਾਓ ਕੋਈ ਐਵੇਂ ਮੇਰੇ ਕੋਲੋਂ ਕੱਲ ਨੂੰ ਹੁਣ ਇਲੈਕਸ਼ਨ ਕੇਸ ਨਾ ਕਰਵਾ ਬੈਠੇ ਹੋ ਕੋਈ ਹੈ ਇੱਕ ਇੱਕ ਉਹ ਜਿਹੜੇ ਕਹਿ ਰਹੇ ਨੇ ਮੈਂ ਸਿੱਝ ਲਾਂਗਾ ਉਹਨਾਂ ਨਾਲ ਬਾਅਦ 'ਚ ਸਿੱਝ ਲਾਂਗਾ ਇਲੈਕਸ਼ਨ ਹੈ ਬਹੁਤ ਸਾਰੇ ਮੀਡੀਆ ਹਾਊਸ ਵੀ ਮੈਨੂੰ ਉਹਦੇ 'ਚ ਪਾਰਟੀ ਬਣਾਉਣੇ ਪੈਣੇ ਨੇ ਗਲਤ ਗੱਲਾਂ ਗਲਤ ਗੱਲ ਗਲਤ ਹੀ ਹੁੰਦੀ ਹੈ ਨਹੀਂ ਮੈਂ ਤੁਸੀਂ ਪ੍ਰਚਾਰ ਕਰ ਲਓ ਪਰ ਬੜੀ ਬੜੀ ਸਪਸ਼ਟ ਗੱਲ ਆ ਮੈਨੂੰ ਇੱਕ ਕਿਤੇ ਮੇਰੇ ਦਸਤਖਤ ਦਿਖਾ ਦਿਓ ਕਿਤੇ ਕੋਈ ਲੈਟਰ ਦਿਖਾ ਦਿਓ ਐਵੇਂ ਮੈਂ ਤੁਹਾਡੇ ਹੀ ਸਾਥੀ ਨੇ ਉਹ ਮੇਰੇ ਸਾਥੀ ਨਹੀਂ ਹੁਣ ਤੁਹਾਡੇ ਤੁਹਾਡੇ ਖਾਸ ਤੌਰ 'ਤੇ ਪਰਸਨਲੀ ਪੀ ਟੀ ਸੀ ਦੇ ਸਾਥੀ ਨੇ ਉਹ ਪੀ ਟੀ ਸੀ ਦੇ ਸਾਥੀ ਨੇ ਉਹ ਹੈ ਹੀ ਨਹੀਂ ਜੀ ਵਾਰ ਵਾਰ ਇਹ ਸਵਾਲ ਕਰਦੇ ਨੇ ਜਿਹੜੀ ਰਿਐਲਿਟੀ ਹੋਈ ਨਹੀਂ ਨੇੜੇ ਤੇੜੇ ਨਹੀਂ ਮੈਂ ਕੋਰਟ 'ਚ ਲੈ ਕੇ ਜਾਵਾਂਗਾ ਜ਼ਰੂਰ ਇਲੈਕਸ਼ਨ ਦੇ ਬਾਅਦ ਵੀ ਜਾਵਾਂਗਾ ਦੇ ਦੇਣੇ ਉਹ ਵੀ ਦੇ ਦਾਂਗੇ ਕੋਈ ਨਹੀਂ ਸਮਾਂ ਸਭ ਤੋਂ ਜ਼ਿਆਦਾ ਜੇ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਘਬਰਾਹਟ ਹੈ ਉਹ ਸਿਰਫ ਤੁਹਾਡੇ ਕੋਲੋਂ ਕੀ ਕਾਰਨ ਹੈ ਕਿ ਉਹ ਤੁਹਾਡੇ ਕੋਲੋਂ ਇੰਨੇ ਘਬਰਾਉਂਦੇ ਨੇ ਲੋਕ ਸਾਡੇ ਨਾਲ ਨੇ ਉਹਨਾਂ ਨੂੰ ਖਤਰਾ ਵੀ ਇਹਨਾਂ ਦੇ ਹੁੰਦਿਆਂ ਅਸੀਂ ਜਿੱਤ ਨਹੀਂ ਸਕਦੇ ਹੋਰ ਕੀ ਘਬਰਾਹਟ ਹੋ ਸਕਦੀ ਹੈ ਸਾਡੀ ਉਹਨਾਂ ਨਾਲ ਕਿਹੜਾ ਕੋਈ ਦੁਸ਼ਮਣੀ ਹੈ ਸਾਰੇ ਇੱਕੋ ਜਿਹੇ ਨੇ ਕੋਈ ਘੱਟ ਨਹੀਂ ਆਪ ਦਾ ਮਤਲਬ ਸਾਨੂੰ ਕਹਿ ਰਹੇ ਆ ਜਾਂ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਆ ਆਮ ਆਦਮੀ ਪਾਰਟੀ ਦੀ ਗੱਲ ਸਾਰੇ ਇੱਕੋ ਜਿਹੇ ਨੇ ਉਹਨਾਂ ਨੇ ਕੰਪੇਨ ਕੀਤੀ ਹੈ ਸਾਰੀ ਸਾਰੇ ਪਬਲਿਕ 'ਚ ਵਿਸਪਰਿੰਗ ਕੰਪੇਨ ਨਾ ਮੈਨੂੰ ਕਿਸੇ ਨੇ ਪਰਸਨਲ ਕੋਈ ਮੈਂ ਪਹਿਲਾਂ ਸਾਰਾ ਹੋਰ ਕੀ ਮੈਂ ਸਾਰੀ ਰਾਤ ਕੀ ਕਹਿੰਦੇ ਰਮਾਇਣ ਪੜ੍ਹੀ ਹੈ ਉਹ ਸਵਾਲ ਤੁਸੀਂ ਕਰਦੇ ਹੋ ਮੈਂ ਹੁਣ ਸਾਰਾ ਕੁਝ ਐਕਸਪਲੇਨ ਹੁਣੇ ਐਕਸਪਲੇਨ ਕਰਕੇ ਹਟੇ ਸਾਰਾ ਕੁਝ ਚਲੋ ਸਾਰਾ ਕੁਝ ਹੁਣ ਐਕਸਪਲੇਨ ਕੀਤਾ ਤੁਸੀਂ ਫੇਰ ਹੋ ਜੀ